हेलो गाइस, मैं आज तुहाडे सामने राका दी बायोग्राफी लै के आया हाँ, जिन्हां दा अमली एंथम सोंग तां तुसी सुनिया ही होवेगा, जो के एक सुपर डुपर हिट रहा। इस वीडियो विच असी तुहानू उन्हां दे जीवन बारे, स्ट्रगल बारे अते उन्हां दी पर्सनल लाइफ बारे दसांगे। सो वीडियो दे एंड तक बने रहो, ते जे वीडियो पसंद आउंदी है तां वीडियो नू लाइक जरूर कर दिओ। सो सब तो पहला, राका दा जन्म जिला जलंधर कोटकपुरा दे नेड़े पैंदे पिंड गेलरा दे एक मध्य वर्गी परिवार विच होया। स्कूल दे दिनां विच राका बहुत शरारती सी, क्योंकि उसने अपने यारां दोस्तां वास्ते कई स्कूल बदल दित्ते। ਉਹ ਇੱਕ ਇੰਟਰਵਿਊ ਵਿੱਚ ਦੱਸਦੇ ਹਨ ਕਿ ਜੇ ਮੈਂ 12 ਜਮਾਤਾਂ ਪੜ੍ਹਿਆ ਹਾਂ ਤਾਂ ਮੈਂ 11 ਵਾਲੀ ਸਕੂਲ ਬਦਲਿਆ ਹੈ। ਸਕੂਲ ਦੇ ਦਿਨਾਂ ਤੋਂ ਹੀ ਉਹਨਾਂ ਨੂੰ ਵਾਲ ਸਟੇਟ ਤੇ ਕਲਰ ਕਰਾਉਣ ਦਾ ਸ਼ੌਂਕ ਸੀ, ਤੇ ਅੱਜ ਵੀ ਤੁਸੀਂ ਉਹਨਾਂ ਦੀ ਪਰਸਨੈਲਿਟੀ ਤੋਂ ਉਹਨਾਂ ਦਾ ਸ਼ੌਂਕ ਜੱਜ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ 12 ਕਰਨ ਤੋਂ ਬਾਅਦ ਰਾਕਾ ਦੇ ਘਰ ਦੇ ਉਹਨਾਂ ਨੂੰ ਬਾਹਰ ਭੇਜਣਾ ਚਾਹੁੰਦੇ ਸੀ, ਪਰ ਉਹਨਾਂ ਦਿਨਾਂ ਵਿੱਚ ਰਾਕਾ ਨੇ ਯੂਟਿਊਬ ਤੇ ਕਈ ਮੋਟੀਵੇਸ਼ਨਲ ਵੀਡੀਓਜ਼ ਵੇਖੀਆਂ, ਜਿਨ੍ਹਾਂ ਵਿੱਚੋਂ ਇੱਕ ਵੀਡੀਓ ਉਹਨਾਂ ਨੇ ਲੈਪਟਾਪ ਤੇ ਮਿਊਜ਼ਿਕ ਬਣਾਉਣ ਵਾਲੀ ਦੇਖੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਲੈਪਟਾਪ ਲਿਆ ਤੇ 6 ਮਹੀਨੇ ਉਹ ਜ਼ਿਆਦਾਤਰ ਇਕੱਲੇ ਆਪਣੇ ਕਮਰੇ ਵਿੱਚ ਬੈਠ ਕੇ ਮਿਊਜ਼ਿਕ ਸਿੱਖਦੇ ਰਹੇ, ਜਿਸ ਤੋਂ ਬਾਅਦ ਉਹਨਾਂ ਦੀ ਪਹੁੰਚ ਪੰਜਾਬੀ ਸਿੰਗਰ ਕਰਨ ਰੰਧਾਵਾ ਤੱਕ ਹੋਈ। ਫਿਰ ਰਾਕਾ ਨੇ ਕਰਨ ਦੇ ਝਾਂਜਨਾ ਸੌਂਗ ਨੂੰ ਪਹਿਲੀ ਵਾਰ ਮਿਊਜ਼ਿਕ ਦਿੱਤਾ। ਫਿਰ ਝਾਂਜਰਾ ਸੌਂਗ 13 ਜੁਲਾਈ 2020 ਨੂੰ ਰਿਲੀਜ਼ ਹੋਇਆ ਤੇ ਸੁਪਰ ਡੁਪਰ ਹਿੱਟ ਰਿਹਾ। ਤੇ ਫਿਰ ਇਸ ਤੋਂ ਬਾਅਦ ਰਾਕਾ ਨੇ ਕਰਨ ਰੰਧਾਵਾ ਦੇ ਫੁਲਕਾਰੀ ਸੌਂਗ ਨੂੰ ਮਿਊਜ਼ਿਕ ਦਿੱਤਾ ਤੇ ਇਹ ਵੀ ਸੁਪਰ ਡੁਪਰ ਹਿੱਟ ਰਿਹਾ। ਸੋ ਇਸ ਤਰ੍ਹਾਂ ਉਹਨਾਂ ਨੇ ਦੂਜੇ ਸਿੰਗਰਾਂ ਦੇ ਗਾਣਿਆਂ ਨੂੰ ਮਿਊਜ਼ਿਕ ਦੇ ਕੇ ਆਪਣੀ ਪਹਿਚਾਣ ਬਣਾਈ ਅਤੇ ਸਿੰਗਿੰਗ ਕਰਨ ਲਈ ਪੈਸਾ ਇਕੱਠਾ ਕੀਤਾ, ਕਿਉਂਕਿ ਰਾਕਾ ਜ਼ਮੀਨ ਜਾਇਦਾਦ ਵਾਲੀ ਫੈਮਿਲੀ ਤੋਂ ਬਿਲੋਂਗ ਨਹੀਂ ਕਰਦੇ। ਉਹ ਆਪਣੀ ਮਿਹਨਤ ਨਾਲ ਇੱਥੋਂ ਤੱਕ ਪਹੁੰਚਿਆ। ਦੂਜਾ ਸਾਥ ਦਿੱਤਾ ਉਹਨਾਂ ਦੇ ਯਾਰਾਂ ਦੋਸਤਾਂ ਨੇ। ਇਸ ਤੋਂ ਬਾਅਦ 24 ਜਨਵਰੀ 2023 ਨੂੰ ਰਾਕਾ ਨੇ ਆਪਣੇ ਹੀ ਯੂਟਿਊਬ ਚੈਨਲ ਉੱਤੇ ਆਪਣਾ ਸੌਂਗ ਰਿਲੀਜ਼ ਕੀਤਾ, ਜਿਸ ਨੂੰ ਰਾਕਾ ਨੇ ਆਪ ਲਿਖਿਆ, ਗਾਇਆ, ਮਿਊਜ਼ਿਕ ਦਿੱਤਾ ਅਤੇ ਕੰਪੋਜ਼ ਕੀਤਾ। ਇਸ ਗਾਣੇ ਵਿੱਚ ਰਾਕਾ ਨੇ ਆਪ ਮਾਡਲਿੰਗ ਕੀਤੀ ਤੇ ਉਹਨਾਂ ਦਾ ਸਾਥ ਦਿੱਤਾ ਫੀਮੇਲ ਸਿੰਗਰ ਦੀਪਕ ਢਿੱਲੋਂ ਨੇ। ਉਹਨਾਂ ਨੇ ਰਾਕਾ ਨਾਲ ਇਹ ਸੌਂਗ ਬਹੁਤ ਹੀ ਵਧੀਆ ਗਾਇਆ। ਇਸ ਗਾਣੇ ਨੂੰ ਸਿਰਫ 3 ਮਹੀਨਿਆਂ ਦੇ ਅੰਦਰ ਹੀ 42 ਮਿਲੀਅਨ ਤੋਂ ਵੱਧ ਲੋਕ ਦੇਖ ਤੇ ਸੁਣ ਚੁੱਕੇ ਹਨ। ਇਸ ਗਾਣੇ ਤੋਂ ਬਾਅਦ ਰਾਕਾ ਨੇ ਹੋਰ ਵੀ ਕਈ ਗਾਣੇ ਰਿਲੀਜ਼ ਕੀਤੇ, ਉਹਨਾਂ ਦੇ ਇਹ ਗਾਣੇ ਵੀ ਬਹੁਤ ਵਧੀਆ ਰਹੇ। ਸੋ ਇਹ ਸੀ ਪੰਜਾਬੀ ਸਿੰਗਰ ਰਾਕਾ ਦੀ ਬਾਇਓਗ੍ਰਾਫੀ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਦੇ ਨਾਲ ਨਾਲ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।